छाया पानी लगती सब मैं जल इन्हें गल कर ही लैनी है ना शायद ना मुंडे नूं लेटन दिंदी है ना मैनूं लेटन दिंदी भी जां तां अपनी खंघ ठीक कर लै ते जां घरे किते चल जा रोज रोज दा तमाशा नहीं मेरे को दिखा जाता ਕੋਲ ਗਲਾਸ ਤੇ ਪਾਣੀ ਪਿਆ ਹੋਇਆ ਉੱਠ ਕੇ ਪਾਣੀ ਪੀ ਲਓ ਖੂਨ ਖੂਨ ਲਾਈ ਹੋਈ ਕਿੰਨੀ ਦੇਰ ਦੀ ਤੁਸੀਂ ਤੇਰੇ ਸਾਹਮਣੇ ਹੀ ਇਹ ਦਵਾਈਆਂ ਵੀ ਖਾ ਲੀਆਂ ਸਾਰਾ ਕੁਝ ਕਰ ਲਿਆ ਖਾਂਸੀ ਠੀਕ ਹੀ ਨਹੀਂ ਹੋ ਰਹੀ ਤੇ ਫਿਰ ਇਹਦੇ ਵਿੱਚ ਮੇਰੀ ਕੀ ਗਲਤੀ ਹੈ ਸਵੇਰ ਦਾ ਸਾਰਾ ਕੰਮ ਕੀਤਾ ਹੈਗਾ ਹੁਣ ਵਿਹਲੀ ਹੋ ਕੇ ਘੰਟਾ ਕੁ ਲੰਮੇ ਪੈਣ ਲੱਗੀ ਆ ਖੂਨ ਖੂਨ ਸ਼ੁਰੂ ਹੋ ਗਈ ਹੈ ਤੁਹਾਡੀ ਮੈਂ ਕਿਹੜਾ ਜਾਣ ਕੇ ਕਰ ਰਹੀ ਆ ਤੈਨੂੰ ਪਤਾ ਹੀ ਹੈ ਕਿ ਮੈਨੂੰ ਕਿੰਨੇ ਦਿਨ ਹੋ ਗਏ ਦਵਾਈਆਂ ਵੀ ਲੈ ਰਹੀ ਆ ਤੇ ਖਾਂਸੀ ਦਾ ਆਰਾਮ ਹੀ ਨਹੀਂ ਆ ਰਿਹਾ ਪਤਾ ਨਹੀਂ ਕੀ ਹੋ ਗਿਆ ਮੈਨੂੰ ਮੰਮੀ ਮੈਨੂੰ ਨਹੀਂ ਪਤਾ ਕੁਝ ਵੀ ਮੈਨੂੰ ਤੇ ਮੇਰੇ ਮੁੰਡੇ ਨੂੰ ਪਰੇਸ਼ਾਨ ਨਾ ਕਰੋ ਜੇ ਤੁਹਾਨੂੰ ਜ਼ਿਆਦਾ ਪਰੇਸ਼ਾਨੀ ਹੈ ਨਾ ਜਿਹੜੀ ਪੋਟਲੀ ਹਰ ਵੇਲੇ ਤਿਆਰ ਰਹਿੰਦੀ ਹੈ ਨਾ ਉਹੀ ਪੋਟਲੀ ਲੈ ਕੇ ਆਪਣੀ ਧੀ ਕੋ ਰਿਓ ਜਾ ਕੇ ਥੋੜੇ ਦਿਨ ਲਈ ਔਰ ਤੈਨੂੰ ਪਤਾ ਹੀ ਹੈ ਮਾਹੌਲ ਕਿੰਨਾ ਖਰਾਬ ਹੈ ਤੇ ਮੈਂ ਆਪਣੀ ਧੀ ਦੇ ਘਰ ਜਾ ਕੇ ਕੀ ਕਰਾਂਗੀ ਉੱਥੇ ਜਾ ਕੇ ਵੀ ਖਾਂਸੀ ਕਰਾਂਗੀ ਤੇ ਉਹਦਾ ਸਭ ਪਰਿਵਾਰ ਸੋਹਰਾ ਕੀ ਦੇਖੇਗਾ ਕਿ ਵੀ ਇੱਥੇ ਆ ਕੇ ਬੁੜੀ ਖਾਂਸੀਆਂ ਕਰਦੀ ਪਈ ਹੈ ਮੰਮੀ ਤੁਹਾਡੇ ਭਰਾ ਭਰਜਾਈਆਂ ਨੇ ਦੋ ਧੀਆਂ ਨੇ ਮਾਂ ਪਿਓ ਵੀ ਨੇ ਵੀ ਤੁਹਾਨੂੰ ਕੋਈ ਵੀ ਨਹੀਂ ਰੱਖੂਗਾ ਜੇ ਨਹੀਂ ਕੋਈ ਰੱਖੂਗਾ ਐਡੇ ਆਸ਼ਰਮ ਹੈ ਕਿਤੇ ਵੀ ਨਿਕਲ ਜਾਓ ਕਿਤੇ ਵੀ ਚਲ ਜਾਓ ਸਭ ਰੱਖ ਲੈਂਦੇ ਹੁੰਦੇ ਆ ਤਾਂ ਗੱਲਾਂ ਹੀ ਨੇ ਵੀ ਕੋਈ ਰੱਖਦਾ ਨਹੀਂ ਹੈਗਾ ਆਸ਼ਰਮ ਮੈਂ ਕਿ ਜਾਵਾਂ ਆਸ਼ਰਮ ਚ ਇਹ ਤੇ ਮੇਰਾ ਆਪਣਾ ਘਰ ਹੈ ਮੈਂ ਨਹੀਂ ਜਾਣਾ ਕਿਤੇ ਆਸ਼ਰਮ ਉਸ਼ਰਮ ਚ ਮੇਰੇ ਆਪਣੇ ਘਰ ਚ ਬੈਠੀ ਹੈ ਮੰਮੀ ਉਮਰ ਦੇ ਹਿਸਾਬ ਨਾਲ ਨਾ ਗੱਲਾਂ ਤੁਹਾਨੂੰ ਭੁੱਲਣ ਲੱਗ ਗਈਆਂ ਨੇ ਤੇ ਤੁਹਾਨੂੰ ਇਹ ਵੀ ਯਾਦ ਨਹੀਂ ਵੀ ਇਹ ਘਰ ਤੁਸੀਂ ਮੇਰੇ ਮੁੰਡੇ ਦੇ ਨਾਮ ਕਰ ਚੁੱਕੇ ਹੋ ਤੇਰੇ ਮੁੰਡੇ ਦੇ ਨਾਮ ਕਰ ਦਿੱਤੀ ਏ ਤੇ ਮੈਂ ਕੋਈ ਗਲਤੀ ਕੀਤੀ ਏ ਤੇ ਇਹਦਾ ਕੀ ਮਤਲਬ ਹੈ ਕਿ ਹੁਣ ਮੈਂ ਇਸ ਘਰ ਦੇ ਵਿੱਚ ਰਹਿ ਨਹੀਂ ਸਕਦੀ ਮੰਮੀ ਮੈਂ ਤੈਨੂੰ ਕਿਹੜਾ ਪੱਕਾ ਉੱਥੇ ਰਹਿਣ ਨੂੰ ਕਹਿਣੀ ਪਈ ਆ ਜੇ ਤਾਂ ਖੰਘ ਖੰਘ ਤੁਹਾਡੀ ਠੀਕ ਹੋ ਜੂਗੀ ਵਾਪਸ ਆ ਜਿਓ ਕਿੱਥੇ ਤੁਹਾਡੀ ਪੋਟਲੀ ਕੱਢੋ ਕਿ ਮੈਂ ਦੇਖਾਂ ਹੁਣ ਮੇਰੀ ਗੱਲ ਤੇ ਸੁਣ ਲੈ ਚਲੋ ਚਲੋ ਮੰਮੀ ਉੱਠੋ ਮੇਰੇ ਕੋਲ ਟਾਈਮ ਨਹੀਂ ਹੈਗਾ ਮੇਰੀ ਗੱਲ ਤੇ ਸੁਣ ਲੈ ਸ਼ਾਇਦ ਕੀਤਾ ਹੋਇਆ ਨਾ ਤੁਸੀਂ ਚਲੋ ਉੱਠੋ ਉੱਠੋ फोन च बड़ी हुई है आले दुआले देख ला मम्मी कित्थे है आ गए तुसी पानी देवा पानी नहीं तेनु मैं जो पूछे ओदा जवाब दे मम्मी कित्थे है ਤੁਹਾਡੀ ਮਾਂ ਦੀ ਨਾ ਖੂਨ ਖੂਨ ਨੇ ਮੈਨੂੰ ਪਰੇਸ਼ਾਨ ਕੀਤਾ ਹੋਇਆ ਸੀ ਨਾ ਮੇਰੇ ਮੁੰਡੇ ਨੂੰ ਲੇਟਣ ਦਿੰਦੇ ਦੋ ਘੜੀ ਤੇ ਨਾ ਮੈਨੂੰ ਲੇਟਣ ਦਿੰਦੇ ਆ ਮੈਂ ਭੇਜ ਤਾਂ ਆਇਆ ਆਸ਼ਰਮ ਵਾਲੇ ਪਾਸੇ ਹੁਣ ਪਤਾ ਨਹੀਂ ਆਸ਼ਰਮ ਗਏ ਆ ਕਿ ਆਪਣੀ ਧੀ ਦੇ ਘਰੇ ਗਏ ਮੈਨੂੰ ਨਹੀਂ ਪਤਾ ਹੈਗਾ ਨਾ ਤੈਨੂੰ ਕਿੰਨੇ ਹੱਕ ਦਿੱਤਾ ਮੇਰੀ ਮਾਂ ਨੂੰ ਘਰੋਂ ਕੱਢਣ ਦਾ ਤੇ ਠੀਕ ਹੈ ਫਿਰ ਲਿਓ ਜਾ ਕੇ ਆਪਣੀ ਮਾਂ ਮੈਂ ਤੇ ਮੇਰਾ ਮੁੰਡਾ ਚਲ ਜਾਂਦੇ ਆ ਫਿਰ ਇੱਥੋਂ ਚੱਲ ਫਿਰ ਸ਼ਾਬਾਸ਼ ਨਿਕਲ ਨਿਕਲ ਇੱਥੋਂ ਨਿਕਲ ਆਪਣਾ ਮੁੰਡਾ ਚੱਕ ਤੇ ਨਿਕਲ ਜਾ ਇੱਥੋਂ ਹੁਣ ਕੀ ਸੋਚਣ ਲੱਗ ਗਈ ਨਿਕਲ ਹੁਣ ਇੱਥੋਂ ਨਿਕਲ ਹੁਣ ਤੁਸੀਂ ਮੈਨੂੰ ਕੱਢੋਗੇ ਮੈਨੂੰ ਤੇ ਆਪਣੇ ਮੁੰਡੇ ਨੂੰ ਕਦੋਂ ਕੱਢੋਗੇ ਤੁਸੀਂ ਹਾਂ ਤੈਨੂੰ ਕੱਢੂਗਾ ਮੈਂ ਕਿਉਂਕਿ ਮੈਨੂੰ ਪਹਿਲਾਂ ਆਪਣੀ ਮਾਂ ਜ਼ਰੂਰੀ ਹੈ ਜਿਹਨੇ ਪਾਲ ਪੋਸ ਕੇ ਮੈਨੂੰ ਇੰਨਾ ਵੱਡਾ ਕੀਤਾ ਤੇ ਇੰਨਾ ਜਵਾਨ ਮੁੰਡੇ ਹੁੰਦੇ ਵੀ ਤੇ ਉਹ ਆਸ਼ਰਮ ਵਿੱਚ ਰਵੇ ਕਿਉਂ ਕਿਹੜੀ ਗੱਲੋਂ ਯਾਰ ਤੁਹਾਨੂੰ ਪਤਾ ਮੰਮੀ ਦੀ ਖੰਘ ਖੂਨੇ ਕਿੰਨਾ ਦੁਖੀ ਕੀਤਾ ਪਿਆ ਸੀਗਾ ਤੁਸੀਂ ਤਾਂ ਕੰਮ ਤੇ ਚਲ ਜਾਂਦੇ ਹੋ ਇਹ ਮੈਨੂੰ ਨਹੀਂ ਪਤਾ ਮੈਂ ਤੇ ਮੇਰਾ ਮੁੰਡਾ ਕਿੱਦਾਂ ਰਹਿੰਦੇ ਆ ਅਸੀਂ ਸਾਰਾ ਦਿਨ ਇਹਦਾ ਮਤਲਬ ਇਹ ਕੱਲ ਨੂੰ ਜਦੋਂ ਤੈਨੂੰ ਖੰਘ ਖੂਨ ਲੱਗ ਗਈ ਜਾਂ ਤੈਨੂੰ ਕੋਈ ਬਿਮਾਰੀ ਲੱਗ ਗਈ ਜੇ ਮੈਂ ਤੈਨੂੰ ਵੀ ਘਰੋਂ ਕੱਢ ਦਵਾਂ ਮਤਲਬ ਜਿਹੜਾ ਬੰਦਾ ਘਰ 'ਚ ਬਿਮਾਰ ਅੱਗੇ ਉਹਨੂੰ ਘਰੋਂ ਕੱਢ ਦੋ ਇਸ ਹਿਸਾਬ ਨਾਲ ਤਾਂ ਤੇਰੀ ਮਾਂ ਨੂੰ ਵੀ ਖੰਘ ਲੱਗੀ ਹੋਈ ਹੈ ਤੇ ਮੈਂ ਤੇਰੀ ਭਾਬੀ ਨੂੰ ਫੋਨ ਕਰਕੇ ਕਹਿ ਦਿੰਦਾ ਉਹਨੂੰ ਵੀ ਘਰੋਂ ਕੱਢ ਦੇਵੇ ਹਨਾ ਮੇਰੀ ਮਾਂ ਨੂੰ ਕੋਈ ਕੁਝ ਕਹਿ ਕੇ ਤਾਂ ਦੇਖੇ ਥੱਪੜ ਨਾ ਸੁੱਟੂਗੀ ਮਾਂ ਦੇ ਬਸ ਆਹੀ ਚੀਜ਼ ਤੈਨੂੰ ਸਮਝਾਉਣਾ ਚਾਹੁੰਦਾ ਸੀਗਾ ਕਿ ਆਪਣੀ ਮਾਂ ਦਾ ਸੁਣ ਕੇ ਤੈਨੂੰ ਕਿੰਨਾ ਦੁੱਖ ਲੱਗਾ ਹੈ ਤੇ ਮੇਰੀ ਮਾਂ ਨੂੰ ਤਾਂ ਤੂੰ ਮਾੜੀ ਜੀ ਖੰਘ ਕਰਕੇ ਘਰੋਂ ਕੱਢਤਾ ਨਾਲੇ ਤੈਨੂੰ ਹੱਕ ਕਿਹਨੇ ਦਿੱਤਾ ਸੀਗਾ ਮੇਰੀ ਮਾਂ ਨੂੰ ਘਰੋਂ ਕੱਢਣ ਦਾ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸ ਦੂਜੀ ਗੱਲ ਜੇ ਕੱਲ ਨੂੰ ਤੈਨੂੰ ਕੋਈ ਪ੍ਰੋਬਲਮ ਹੋ ਜਾਂਦੀ ਹੈ ਜਾਂ ਤੈਨੂੰ ਵੀ ਖੰਘ ਲੱਗਦੀ ਹੈ ਜਾਂ ਤੈਨੂੰ ਹੋਰ ਕੋਈ ਪ੍ਰੋਬਲਮ ਹੋ ਜਾਂਦੀ ਹੈ
मैं तेनू घरों कढ देवा जां तेरी नूह तेनू घरों कढ दे फिर किदां दा लगूगा। मैं तेनू एक गल दस देना जेडे टेस्ट हो रहे ने दवाइयां आ रही ने घरे जो फल फ्रूट आ रहा तेरे सामने ही है ना सारा कुछ तो जान के तो नहीं करती पई तो हूँ तो कमली अपन मौका मिलया सीगा अपनी माँ की सेवा करन दा ते तू उनू घरों ही कढता जा सॉरी मैनू माफ कर दियो मैं नहीं सी आ चीज सोची हूँ कल मैनू कोई प्रॉब्लम होंगी आ मेरी नूह भी तो मेरे नाल इदां ही करूगी तुसीं कोई ना टेंशन ना लो मैं मम्मी नूं पता करके मैं मम्मी नूं लैके आनी आ कित्थे मैं ले आया मम्मी नूं बाहर बैठी पौड़ियां च जा ले आ फड़ के अंदर तुसीं मम्मी नूं किद्दां लैके आए कित्थे मिली गई तुहानूं मैं जदों घरे आ रहा सीगा ना मम्मी पोटली चक्की किधर नू चली है तेरी जनानी ना मेरी खंघ तो परेशान सी कभी जा तो आश्रम च रह जा तो अपनी धी को ले मैं उधर कितने चली ओनू इना हक किन्ने देता कि वो तेनू घरों कढ सके बैठ मैं करता गल तू चाची चल बैठ पागल जी इन्नी गर्मी च बिठाता मेरी सास नू तुहानू नहीं पता लगता हैगा कि बीमार ने तो इन्नी गर्मी मैं हुणे लैके आनी औलादा की कर दिया ने के अपने मां प्यो नूं घरों कढ दें ऐदा नहीं करना चाहिदा तुहाडे मां प्यो ने तुहानूं किन्नी मुश्किल दे नाल पालिया हुंदा है जदों उहनां दा सेवा करन दा टाइम आंदा है तुसी उन्हां नूं घरों बाहर कढ देंदे हो तुसी भी एक दिन बुढ़े होना है अपना सोचो है विचारो इदां नहीं करना चाहिए ते वीडियो किदां दी लगी लाइक शेयर कमेंट जरूर करियो ते चैनल नूं सबसक्राइब कर दियो चैनल दा नाम है मिस्टर एंड मिसेस अरोड़ा और फेसबुक पेज भी अपना लाइक एंड फॉलो कर लियो धन्यवाद।